ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਆਪਣੇ ਚੈਨਲ YouTube Farmer ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਨ ਲੱਗੇ ਆ ਵੀਰੇ ਸਤੰਬਰ ਮਹੀਨੇ ਵਿੱਚ ਕਿਸਾਨਾਂ ਦੇ ਰਹਿਵੇਂ ਨੇ ਝੋਨੇ ਦੇ ਸਬੰਧੀ ਜਾਂ ਕਿਹੜੀ ਕਿਹੜੀਆਂ ਗੱਲਾਂ ਦਾ ਮਤਲਬ ਇਹਨਾਂ ਦਿਨਾਂ ਵਿੱਚ ਧਿਆਨ ਰੱਖਣ ਦੀ ਜ਼ਰੂਰਤ ਹੈ ਉਹਨਾਂ ਸਬੰਧ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਪਹਿਲਾਂ ਤਾਂ ਗੱਲ ਕਰਦੇ ਆਂ ਵੀ ਜਿਹੜੇ ਚੋਨੇ ਹੁਣ ਤਕਰੀਬਨ ਨਿਸਰ ਚੁੱਕੇ ਨੇ ਉਹਨਾਂ ਵਿੱਚ ਆਪਾਂ ਨੂੰ ਕੀ ਕੀ ਧਿਆਨ ਰੱਖਣ ਦੀ ਲੋੜ ਹੈ ਤਾਂ ਜੋ ਆਪਾਂ ਵਧੀਆ ਝਾੜ ਪ੍ਰਾਪਤ ਕਰ ਸਕੀਏ ਪਹਿਲੀ ਗੱਲ ਤੇ ਆ ਵੀ ਇਹੜਾ ਚੋਨਾ ਨਿਸਰ ਚੁੱਕਿਆ ਸਤੰਬਰ ਮਹੀਨੇ ਵਿੱਚੋਂ ਉਸ ਦੇ ਵਿੱਚ ਜਿਹੜੀ ਡੋਡੀ ਦਾ ਹਮਲਾ ਕਹਿੰਦੇ ਨੇ ਆਪਾਂ ਹਲਦੀ ਰੋਗ ਕਹਿੰਦੇ ਆਂ ਜਿਹਨੂੰ ਫਾਲਸ ਮਟ ਵੀ ਕਹਿੰਦੇ ਨੇ ਕਈ ਇਲਾਕੇ ਅੰਗਰੇਜ਼ੀ ਵਿੱਚ ਤੇ ਇਸ ਤੋਂ ਇਲਾਵਾ ਹੋਰ ਵੀ ਹਲਦੀ ਡੋਡੀ ਜਾਂ ਕਿ ਝੂਠੀ ਕੰਗਿਆਰੀ ਵਗੈਰਾ ਵੀ ਕਹਿੰਦੇ ਨੇ ਤੇ ਉਹਦਾ ਹਮਲਾ ਜਿਹੜਾ ਹੁਣ ਇਹਨਾਂ ਦਿਨਾਂ ਵਿੱਚ ਹੋ ਰਿਹਾ ਜਿਹੜੇ ਚੋਨੇ ਨਿਸਰੇ ਹੋਏ ਨੇ ਉਹਨਾਂ ਤੇ ਕਿਉਂਕਿ ਜਿਹੜਾ ਹੁਣ ਮੌਸਮ ਹੈ ਉਹ ਤਕਰੀਬਨ ਅਜੇਹੀ ਬਿਮਾਰੀ ਦੇ ਲਈ ਬਹੁਤ ਹੀ ਜ਼ਿਆਦਾ ਅਨੁਕੂਲ ਬਣਿਆ ਹੋਇਆ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਹੜੀ ਹਮਸ ਹੁੰਦੀ ਹੈ ਉਹ ਜ਼ਿਆਦਾ ਬਣੀ ਹੁੰਦੀ ਹੈ ਤੇ ਜਿਸ ਕਾਰਨ ਜਿਹੜਾ ਆਪਣੇ ਚੋਨੇ ਦੇ ਛਿੱਟਿਆਂ ਵਿੱਚ ਜਿਹੜਾ ਆਪਾਂ ਨੂੰ ਹਲਦੀ ਰੋਗ ਹਲਦੀ ਦੀਆਂ ਗੋਲੀਆਂ ਗੱਠਾਂ ਉਹ ਪੈਂਦੀਆਂ ਹਨ ਇਸ ਅੰਦਰ ਵਿੱਚ ਉਹ ਹੁੰਦੀ ਇੱਕ ਕਿਸਮ ਦੀ ਫੰਗਸ ਹੀ ਹੈ ਜਿਹਨੂੰ ਆਪਾਂ ਐਸਾ ਸਕਦੇ ਹਾਂ ਵੀ ਇਹ ਪੈਂਦੀ ਮਤਲਬ ਇਸ ਤਰ੍ਹਾਂ ਵੀ ਜਦੋਂ ਦਾਣੇ ਦੇ ਉੱਤੇ ਕੋਈ ਉਲੀ ਜਿਹੜਾ ਕਹਿ ਦਿੰਨੇ ਆਪਾਂ ਜੇ ਕਹਿ ਸਕਨੇ ਆ ਵਾਇਰਸ ਉਹਦਾ ਕਵਰ ਬਣ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹ ਦਾਣਾ ਇੱਕ ਤਰ੍ਹਾਂ ਕਹਿ ਸਕਦੇ ਆ ਵੀ ਆਪਾਂ ਫਟ ਜਾਂਦਾ ਹੈ ਉਹਦੇ ਵਿੱਚ ਉਲੀ ਪੈਦਾ ਹੋ ਜਾਂਦੀ ਹੈ ਤਾਂ ਜਦੋਂ ਉਸ ਦੀ ਗਰੋਥ ਹੋ ਜਾਂਦੀ ਹੈ ਉਲੀ ਦੀ ਤਾਂ ਉਹ ਦਾਣਾ ਫਟ ਜਾਂਦਾ ਹੈ ਜਿਸ ਤੋਂ ਬਾਅਦ ਉਹ ਸੰਤਰੀ ਰੰਗ ਦੀ ਕਹਿ ਸਕਦੇ ਆ ਆਪਾਂ ਖੱਟੇ ਰੰਗ ਦੀ ਤੇ ਉਸ ਤੋਂ ਬਾਅਦ ਗੂੜੀ ਹਰੇ ਰੰਗ ਦੀ ਵੀ ਹੋ ਜਾਂਦੀ ਹੈ ਜਿਸ ਕਾਰਨ ਤੇ ਹੌਲੀ-ਹੌਲੀ ਇਹ ਅੱਗੇ ਵਧਦੀ ਰਹਿੰਦੀ ਹੈ ਇਹ ਤਕਰੀਬਨ ਜੇ ਕਿਹਾ ਤਾਂ ਇੱਕ ਛਿੱਟੇ ਦੇ ਸਾਰੇ ਹੀ ਦਾਣਿਆਂ ਵਿੱਚ ਨਹੀਂ ਹੁੰਦੀ ਹੈ ਇਹ ਇੱਕ ਛਿੱਟੇ ਦੇ ਇੱਕ ਜਾਂ ਦੋ ਦਾਣਿਆਂ ਵਿੱਚ ਹੀ ਇਹਦਾ ਹਮਲਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਨਾਲ ਦੇ ਹੋਰ ਛਿੱਟੇ ਹੁੰਦੇ ਹਨ ਉਹਦੇ ਉੱਤੇ ਨਾਲ ਲੱਗ ਹਵਾ ਨਾਲ ਸੰਪਰਕ ਵਿੱਚ ਆ ਕੇ ਉਹਨਾਂ ਉੱਤੇ ਵੀ ਇਹਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਜਿਸ ਕਾਰਨ ਆਪਣਾ ਝਾੜਾ ਜਿਹੜਾ ਉਹ ਕਾਫੀ ਅਸਰ ਪੈ ਜਾਂਦਾ ਹੈ ਜਿਸ ਕਾਰਨ ਤੇ ਜਿਹੜੇ ਇੱਕ ਹੋਰ ਗੱਲ ਵੀ ਇਹਦੇ ਜਿਹੜੀ ਜਦੋਂ ਆਪਾਂ ਕੰਬਾਈਨ ਚੱਲਦੀ ਆ ਉਸ ਸਮੇਂ ਵੀ ਇਹਦੇ ਜਿਹੜਾ ਪਾਊਡਰ ਬਣ ਕੇ ਉੱਡਦਾ ਹੈ ਉਹ ਆਪਣੇ ਝੋਨੇ ਦੇ ਦਾਣਿਆਂ ਉੱਤੇ ਲੱਗ ਜਾਂਦਾ ਹੈ ਜਿਸ ਕਾਰਨ ਮੰਡੀ ਵਿੱਚ ਵੀ ਆਪਣੀ ਜਿਹੜਾ ਝੋਨਾ ਹੁੰਦਾ ਹੈ ਉਹ ਵਧੀਆ ਨਹੀਂ ਦਿਸਦਾ ਜਾਂ ਜਿਸ ਕਾਰਨ ਖਰੀਦ ਵਿੱਚ ਵੀ ਇਹਦਾ ਸਮੱਸਿਆ ਆਪਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਤੋਂ ਬਿਨਾ ਸ਼ੀਤ ਬਲੈੱਡ ਦੀ ਸਮੱਸਿਆ ਵੀ ਇਹਨਾਂ ਦੇ ਨਾਲ ਵਿੱਚ ਚੱਲ ਰਹੀ ਹੈ ਉਸ ਤੋਂ ਸੰਬੰਧੀ ਵੀ ਕਿਸਾਨਾਂ ਨੂੰ ਪੂਰੀ ਤਰ੍ਹਾਂ ਸੁਚੇਤ ਰਹਿ ਕੇ ਆਪਣੀ ਫਸਲ ਦੀ ਸਮੇਂ-ਸਮੇਂ ਤੇ ਨਿਗਰਾਨੀ ਕਰਨ ਦੀ ਲੋੜ ਹੈ ਤੇ ਜਿਸ ਦੇ ਲਈ ਆਪਾਂ ਕੋਈ ਵਧੀਆ ਸਰਦਾਰ ਦਵਾਈਆਂ ਕੋਈ ਵੀ ਫੰਗੀ ਸਾਈਡ ਆਪਣੇ ਜਿਸ ਤੋਂ ਤੁਸੀਂ ਪ੍ਰਾਪਤ ਕਰਦੇ ਹੋ ਕਿਸੇ ਡੀਲਰ ਦੁਕਾਨਦਾਰ ਤੋਂ ਉਸ ਨਾਲ ਸਲਾਹ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਫੰਗੀ ਸਾਈਡ ਸਪਰੇਅ ਕਰ ਸਕਦੇ ਹੋ ਤੇ ਜਿਹੜੀ ਅਗਲੀ ਗੱਲ ਵੀ ਜਿਹੜੇ ਝੋਨੇ ਹਾਲੇ ਨਿਸਰੇ ਨਹੀਂ ਹਨ ਉਹਨਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਉੱਤੇ ਇੱਕ ਜਿਹੜੀ ਚਿੱਟੀ तितਲੀ ਹੁੰਦੀ ਹੈ ਉਹਦਾ ਹਮਲਾ ਹੁਣ ਆਰੰਭ ਹੋ ਗਿਆ ਹੈ ਤੁਸੀਂ ਦੇਖਿਓ ਵੀ ਜਿਹੜੀ ਝੋਨਾ ਤਕਰੀਬਨ ਹਾਲੇ ਨਿਸਰਿਆ ਨਹੀਂ ਜਾਂ ਜਿਹੜੇ ਝੋਨੇ ਲੇਟ ਲੱਗੇ ਹਨ ਕਿਸੇ ਕਾਰਨ ਉਹ ਜਾਂ ਫਿਰ ਆਪਾਂ ਬਾਸਮਤੀ ਵੀ ਕਹਿ ਸਕਦੇ ਆ ਇਹਦੇ ਵਿੱਚ ਤਾਂ ਉਸ ਦੇ ਉੱਪਰ ਜਿਹੜੀ ਚਿੱਟੀ ਤ तितਲੀ ਆ ਉਹਦਾ ਹਮਲਾ ਹੋਣਾ ਆਰੰਭ ਹੋ ਗਿਆ ਹੈ ਇਹ ਚਿੱਟੀ तितਲੀ ਦੇ ਹਮਲੇ ਵਜੋਂ ਆਪਾਂ ਨੂੰ ਸੁੰਡੀ ਗੋਭ ਦੀ ਸੁੰਡੀ ਪੱਤਾ ਲਪੇਟ ਸੁੰਡੀ ਤੇ ਇਸ ਤੋਂ ਬਿਨਾਂ ਤੇਲਾ ਇਹ ਚੀਜ਼ਾਂ ਦਾ ਜਿਹੜਾ ਹਮਲਾ ਉਹ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹ ਜੇ तितਲੀ ਹੁੰਦੀ ਹੈ ਪੱਤੇਆਂ ਦੇ ਉੱਪਰ ਆਂਡੇ ਦਿੰਦੀ ਹੈ ਜਿਸ ਕਾਰਨ ਅੱਗੇ ਸੁੰਡੀਆਂ ਵਿੱਚ ਉਹ ਬਦਲ ਕੇ ਆਪਣੀ ਫਸਲ ਤੇ ਨੁਕਸਾਨ ਕਰ ਸਕਦੀਆਂ ਨੇ ਸੋ ਕਿਸਾਨ ਵੀਰਾਂ ਨੂੰ ਪਛੇਤੇ ਝੋਨਿਆਂ ਦੇ ਧਿਆਨ ਰੱਖਣ ਦੀ ਲੋੜ ਹੈ ਜੇ ਤੁਹਾਨੂੰ ਆਪਣੇ ਫਸਲ ਉਤੇ तितਲੀ ਕਾਫੀ ਜ਼ਿਆਦਾ ਮਾਤਰਾ ਵਿੱਚ ਦਿਸਦੀ ਹੈ ਤਾਂ ਤੁਸੀਂ ਉਸ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਸਸਤੀ ਕੀਟਨਾਸ਼ਕ ਦਵਾਈ ਆ ਉਹ ਵਰਤ ਸਕਦੇ ਹੋ ਕਿਉਂਕਿ तितਲੀ ਜਿਹੜੀ ਇਹ ਕਿਸ ਹਲਕੇ ਕੀਟਨਾਸ਼ਕ ਨਾਲ ਵੀ ਖਤਮ ਹੋ ਜਾਂਦੀ ਹੈ ਪਰ ਜੇ ਤੁਸੀਂ ਇਹ ਸੋਚੋਗੇ ਵੀ ਆਪਾਂ ਤੇਲੇ ਵਾਲੀ ਸਪਰੇਅ ਕਰਤੀ ਉਹ ਵੀ ਇੱਕ ਕਿਸਮ ਦੀ ਜ਼ਹਿਰ ਹੀ ਹੁੰਦੀ ਹੈ ਪਰ ਉਸ ਦੇ ਨਾਲ ਇਹ ਤਿਤਲੀ ਦਾ ਖਤਮਾ ਨਹੀਂ ਹੁੰਦਾ ਤਿਤਲੀ ਦੇ ਲਈ ਆਪਾਂ ਨੂੰ ਅਲੱਗ ਦਵਾਈ ਇੱਕ ਕਰਨੀ ਪੈਂਦੀ ਹੈ ਉਸ ਨੂੰ ਤੁਸੀਂ ਤੇਲੇ ਵਾਲੀ ਦੇ ਨਾਲ ਮਿਕਸ ਵੀ ਕਰ ਸਕਦੇ ਹੋ ਆਪਣੇ ਡੀਲਰ ਦੁਕਾਨਦਾਰ ਦੀ ਮਦਦ ਲੈ ਕੇ ਉਸ ਨੂੰ ਪੁੱਛ ਕੇ ਕੋਈ ਵੀ ਸ਼ਾਸਤਰੀ ਕਹਿ ਸਕਦੇ ਆ ਬਈ ਜਿਹੜੀ ਈਸੀ ਫਾਰਮੈਟ ਵਿੱਚ ਦਵਾਈਆਂ ਆਉਂਦੀਆਂ ਨੇ ਜਿਹੜੀਆਂ ਪਾਣੀ ਵਿੱਚ ਘੁਲ ਕੇ ਦੁੱਧ ਵਾਂਗੂ ਤਬਦੀਲ ਹੋ ਜਾਂਦੀਆਂ ਨੇ ਉਸ ਤਰ੍ਹਾਂ ਦੀਆਂ ਦਵਾਈਆਂ ਲੈ ਸਕਦੇ ਹੋ ਕਿਉਂਕਿ ਉਹਨਾਂ ਦਾ ਅਸਰ ਆ ਜਿਹੜਾ ਜਲਦੀ ਤੋਂ ਜਲਦੀ ਉਹ ਦੇਖਣ ਨੂੰ ਮਿਲ ਜਾਂਦਾ ਹੈ 2-4 ਦਿਨਾਂ ਵਿੱਚ ਆਪਣਾ ਖੇਤ ਵਿੱਚੋਂ तितਲੀ ਆਈਡੀਓ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਸੋ ਇੱਕ ਗੱਲ ਹੋਰ ਜਿਹੜੀ ਵੀ ਕਿਸਾਨ ਨੂੰ ਪਾਣੀ ਲਗਾਉਣ ਦੇ ਸਬੰਧ ਵਿੱਚ ਵੀ ਇਹਨਾਂ ਦਿਨਾਂ ਵਿੱਚ ਖੇਤਾਂ ਵਿੱਚ ਪਾਣੀ ਬਿਲਕੁਲ ਜਮਾ ਨਹੀਂ ਹੋਣਾ ਚਾਹੀਦਾ ਪਾਣੀ ਤਕਰੀਬਨ ਕਿਹੀ ਤਾਂ 1-2 ਦਿਨ ਨਹੀਂ ਬਲਕਿ ਆਪਾਂ ਨੂੰ ਹਫਤੇ-ਹਫਤੇ ਦੇ ਵਕਫੇ ਮਕਰੋਣਾ ਪਾਣੀ ਲਗਾਉਣਾ ਚਾਹੀਦਾ ਕਿਉਂਕਿ ਜੇ ਆਪਾਂ ਪਾਣੀ ਮਗਰ ਦੀ ਮਗਰ ਲਗਾਈ ਜਾਂਦੇ ਹਾਂ ਤਾਂ ਇਸ ਕਾਰਨ ਆਪਣੇ ਖੇਤਾਂ ਵਿੱਚ ਸ਼ੀਥ ਬਲੈਟ ਉਲੀ ਪੀਲੀ ਕੰਗ ਜਿਹੜੀ ਝੂਠੀ ਗੰਗਿਆਰੀ ਕਹਿ ਦਿੰਨੇ ਆਪਾਂ ਹਲਦੀ ਰੋਗ ਇਹ ਸਭ ਤਰ੍ਹਾਂ ਦਾ ਜਿਹੜਾ ਹਮਲਾ ਇਸ ਤੋਂ ਇਲਾਵਾ ਤੇਲਾ ਵੀ ਪੈ ਸਕਦਾ ਹੈ ਜਿਆਦਾ ਥੱਲੇ ਨਮੀ ਹੋਣ ਕਾਰਨ ਪਾਣੀ ਖੜਾ ਰਹਿਣ ਕਾਰਨ ਸੋ ਇਹ ਸਭ ਬਿਮਾਰੀਆਂ ਤੋਂ ਪਰਹੇਜ਼ ਦਾ ਇੱਕੋ ਇੱਕ ਹੱਲ ਹੈ ਕਿ ਆਪਾਂ ਨੂੰ ਖੇਤਾਂ ਵਿੱਚ ਪਾਣੀ ਘੱਟ ਤੋਂ ਘੱਟ ਰੱਖਣਾ ਚਾਹੀਦਾ ਹੈ ਪਾਣੀ ਘਟ ਰੱਖਣ ਦਾ ਮਤਲਬ ਇਹ ਨਹੀਂ ਕਿ ਜ਼ਮੀਨ ਨੂੰ ਬਿਲਕੁਲ ਖੋਸ਼ਕ ਚਿੱਟੀ ਕਰ ਦਿੱਤਾ ਜਾਵੇ ਕਹਿਣ ਦਾ ਭਾਵ ਇਹ ਹੈ ਕਿ ਜ਼ਮੀਨ ਜ਼ਮੀਨ ਦੇ ਹਿਸਾਬ ਦੇ ਫਰਕ ਨਾਲ ਵੀ ਆਪਾਂ ਨੂੰ ਇੱਕ ਮਤਲਬ ਹਲਕੀ ਜਿਹੀ ਨਮੀ ਜਰੈਣੀ ਚਾਹੀਦੀ ਹੈ ਤਾਂ ਉਸ ਤੋਂ ਪਾਣੀ ਲਗਾ ਦੇਣਾ ਚਾਹੀਦਾ ਹੈ ਜੇ ਆਪਾਂ ਤਕਰੀਬਨ ਕਹੀਏ ਤਾਂ ਤਕਰੀਬਨ ਹਰੇਕ ਤਰ੍ਹਾਂ ਦੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਆਪਾਂ ਇੱਕ ਵਾਰ ਪਾਣੀ ਭਰ ਕੇ ਇੱਕ ਹਫ਼ਤੇ ਬਾਅਦ ਦੁਬਾਰਾ ਸੰਜਾਈ ਕਰ ਸਕਦੇ ਹਾਂ ਕਿਉਂਕਿ ਇੱਕ ਵਾਰ ਪਾਣੀ ਭਰਿਆ ਹੋਇਆ 2 ਦਿਨ ਤਾਂ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਅਗਲੇ 3-4 ਦਿਨਾਂ ਤੱਕ ਵਧੀਆ ਨਮੀ ਬਣੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਆਪਾਂ ਅਗਲਾ ਪਾਣੀ ਲਗਾ ਸਕਦੇ ਹਾਂ ਤੇ ਜਿਹੜੇ ਕਿਸਾਨ ਵੀਰਾਂ ਦੇ ਝੋਨੇ ਇਸ ਵਾਰ ਥੋੜੇ ਜਿਲੇ ਲੇਟ ਲੱਗੇ ਹਨ ਕਿਸੇ ਕਾਰਨ ਕਰਕੇ ਤੇ ਉਹਨਾਂ ਵਿੱਚ ਕਈ ਕਿਸਾਨ ਗਰੋਥ ਨਹੀਂ ਹੁੰਦੀ ਲੈ ਕਿਉਂਕਿ ਝੋਨੇ ਦਾੜਾ ਸਮਾਂ ਲੇਟ ਹੋ ਜਾਂਦਾ ਹੈ ਤਾਂ ਉਸ ਕਾਰਨ ਦੀ ਗਰੋਥ ਥੋੜੀ ਜੀ ਘਟ ਜਾਂਦੀ ਹੈ ਤਾਂ ਉਹਦੀ ਗਰੋਥ ਕਰਨ ਲਈ ਕਿਸਾਨ ਕੀ ਕਰਦੇ ਨੇ ਬਜਾਅਦਤਰ ਜੂਰੀਆ ਪਾ ਦਿੰਦੇ ਨੇ ਜ਼ਿਆਦਾ ਉਸ ਦੀ ਲੋੜ ਨਹੀਂ ਹੁੰਦੀ ਹੈ ਕਿਉਂਕਿ ਉਸ ਨਾਲ ਆਪਾਂ ਬਿਮਾਰੀਆਂ ਨੂੰ ਸੱਦਾ ਦਿੰਦੇ ਆ ਇੱਕ ਤਰ੍ਹਾਂ ਨਾਲ ਤੇ ਜਿਹੜਾ ਆਪਣੇ ਗਰੋਥ ਆ ਜਿਹੜੀ ਆਪਣੇ ਟਿੱਲਰ ਹੁੰਦੇ ਨੇ ਆਪਾਂ ਕਹਿ ਸਕਦੇ ਆ ਬੂਜੇ ਦੀਆਂ ਸ਼ਾਖਾਵਾਂ ਜਿਹੜੀਆਂ ਆਪਾਂ ਕਹਿ ਸਕਦੀਏ ਵੀ ਅਸਲੀ ਸਖਾਵਾਂ ਹੁੰਦੀਆਂ ਹਨ ਜਿਹੜੀਆਂ ਆਪਣੇ ਆਪ ਆਪਣੀ ਨਿਯਮਤ ਖਾਦ ਦੇ ਰੂਪ ਵਿੱਚ ਬਣਦੀਆਂ ਹਨ ਨਿਯਮਤ ਖਾਦ ਪਾਉਣ ਦੇ ਨਾਲ ਉਹਨਾਂ ਨੂੰ ਹੀ ਵਧੀਆ ਮੁੰਜਰਾ ਪੈਂਦੀਆਂ ਹਨ ਜਿਹੜੀਆਂ ਆਪਾਂ ਵੱਖ-ਵੱਖ ਤਰ੍ਹਾਂ ਦੇ ਕੈਮੀਕਲ ਯੂਜ਼ ਕਰਕੇ ਲੋੜ ਤੋਂ ਬਾਅਦ ਖਾਦਾਂ ਪਾ ਕੇ ਜਿਹੜੇ ਆਪਾਂ ਮੁੰਜਰਾ ਬਧਾਲ ਕੇ ਸੌਰੀ ਜਿਹੜੇ ਟਿੱਲਰ ਹੁੰਦੇ ਨੇ ਬੂਜੇ ਦੀਆਂ ਸਖਾਵਾਂ ਉਹ ਬਣਾ ਲੈਨੇ ਆ ਉਹ ਦੇਖਣ ਨੂੰ ਤਾਂ ਬਹੁਤ ਸੋਹਣੇ ਲੱਗਦੇ ਹਨ ਪਰ ਉਹਨਾਂ ਵਿੱਚ ਜਿਹੜੇ ਮੁੰਜਰਾਵ ਲੱਗਦੀਆਂ ਹਨ ਉਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀਆਂ ਤੇ ਜਿਸ ਕਾਰਨ ਉਸ ਨਾਲ ਆਪਣਾ ਝਾੜ ਤਾਂ ਕੋਈ ਖਾਸ ਨਹੀਂ ਵੱਧਦਾ ਜਿਸ ਪਰ ਆਪਾਂ ਬਿਮਾਰੀਆਂ ਨੂੰ ਸੱਦਾ ਦੇ ਲੈਨੇ ਆ ਆਪਣੀ ਫਸਲ ਵਿੱਚ ਕਿਉਂਕਿ ਜਿਹੜਾ ਬੂਝਾ ਜਿਆਦਾ ਮੋਟਾ ਹੋ ਜਾਂਦਾ ਜਿਸ ਕਾਰਨ ਆਪਣੀ ਧਰਤੀ ਹੁੰਦੀ ਹੈ ਥੱਲੇ ਮਿੱਟੀ ਉਸ ਤੱਕ ਹਵਾ ਨਹੀਂ ਪਹੁੰਚਦੀ ਧੁੱਪ ਨਹੀਂ ਪਹੁੰਚਦੀ ਜਿਸ ਕਾਰਨ ਬਿਮਾਰੀਆਂ ਬਹੁਤ ਜਿਆਦਾ ਮਾਸਤਰਾ ਵਿੱਚ ਪੈਂਦੀਆਂ ਨੇ ਤੇ ਆਪਾਂ ਆਪਣੀ ਫਸਲ ਦਾ ਨੁਕਸਾਨ ਕਰ ਬੈਠਦੇ ਆ ਸੋ ਕਿਸਾਨ ਵੀ ਇਸ ਗੱਲ ਤੋਂ ਗੁਰਹੇਜ ਕਰਨ ਕਿ ਜਿਆਦਾ ਜਬੂਝਾ ਹੋਊਗਾ ਜਿਸ ਫਸਲ ਦਾ ਉਸ ਫਸਲ ਦਾ ਹੀ ਝਾੜ ਹੋਊਗਾ ਉਸ ਦਾ ਹੀ ਬੰਪਰ ਝਾੜ ਨਿਕਲੂਗਾ ਬੂਝਾ ਹੁੰਦਾ ਹੈ ਉਹ ਇੱਕ ਕਹਿ ਸਕਦੇ ਆਪਾਂ ਮੀਡੀਅਮ ਕੁਆਲਿਟੀ ਦਾ ਜਿਹਦੇ ਵਿੱਚ ਆਪਾਂ ਕਹਿ ਸਕਦੇ ਆਂ ਵੀ 25 ਤੋਂ 35 ਸ਼ਖਾਵਾਂ ਹੁੰਦੀਆਂ ਹਨ ਉਸ ਨੂੰ ਹੀ ਆਪਾਂ ਵਧੀਆ ਬੰਪਰ ਝਾੜ ਵਾਲੀ ਫਸਲ ਮੰਨ ਸਕਦੇ ਆਂ ਸੋ ਕਿਸਾਨ ਵੀਰ ਬਿਨਾਂ ਕਿਸੇ ਕਾਰਨ ਤੋਂ ਬਾਹਦੂ ਕੈਮੀਕਲ ਵਗੈਰਾ ਨਾ ਵਰਤ ਕੇ ਆਪਣੀ ਫਸਲ ਹੈ ਜਿਹੜੀ ਉਹਨੂੰ ਸੰਭਾਲਣ ਵੱਲ ਧਿਆਨ ਦੇਣਾ ਚਾਹੀਦਾ ਹੈ ਸੋ ਇਹ ਸਾਨੂੰ ਕੁਝ ਜ਼ਰੂਰੀ ਗੱਲਾਂ ਜਿਨ੍ਹਾਂ ਨੂੰ ਆਪਾਂ ਧਿਆਨ ਵਿੱਚ ਰੱਖ ਕੇ ਆਪਣੀ ਫਸਲ ਦਾ ਆਪਾਂ ਵਧੀਆ ਝਾੜ ਲੈ ਸਕਦੇ ਆਂ ਤੇ ਆਪਣੀ ਫਸਲ ਨੂੰ ਆਉਣ ਵਾਲੇ ਹਮਲਿਆਂ ਤੋਂ ਰੋਗਾਂ ਤੋਂ ਬਚਾ ਸਕਦੇ ਆਂ